ਤੇ ਲਓ ਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼ਹਿਰ ਲੁਧਿਆਣੇ ਦੇ ਵਿੱਚ ਤੇ ਇੱਥੇ ਜਿੱਦਾਂ ਮੈਂ ਤੁਹਾਡਾ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਔਨ ਦਾ ਵੇ ਅਲੱਗ ਅਲੱਗ ਜਿਹੜੀਆਂ ਜਗ੍ਹਾਵਾਂ ਉੱਥੇ ਲੈ ਕੇ ਜਾਊਂਗਾ ਅਤੇ ਔਰ ਜਿਹੜੇ ਆਪਣੇ ਜ਼ਾਇਕੇ ਦੀਆਂ ਖਾਸ ਖਾਸ ਜਿਹੜੀਆਂ ਵਰਾਇਟੀਆਂ ਜਾਂ ਖਾਣ ਪੀਣ ਦੀਆਂ ਉਹ ਵੀ ਤੁਹਾਨੂੰ ਦਿਖਾਵਾਂਗਾ ਪਰ ਥੋੜ੍ਹਾ ਟੈਕਨੀਕਲ ਇਸ਼ੂ ਆ ਗਿਆ ਟੈਕਨੀਕਲ ਇਸ਼ੂ ਇਹ ਆ ਗਿਆ ਕਿ ਬਾਰਿਸ਼ ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਅਤੇ ਸਾਡੀ ਹਿੰਮਤ ਨਹੀਂ ਪਈ ਅਸੀਂ ਗੱਡੀ ਤੋਂ ਬਾਹਰ ਜਾਈਏ ਅਤੇ ਉਹ ਜਿਹੜਾ ਖਾਣਾ ਪੀਣਾ ਖਾਈਏ ਕਿਉਂਕਿ ਬਾਰਿਸ਼ ਬੜੀ ਜ਼ਿਆਦਾ ਕਿਉਂ ਭਾਜੀ ਬਹੁਤ ਜ਼ਿਆਦਾ ਅਤੇ ਫਾਈਨਲੀ ਆਪਾਂ ਆਪਣੀ ਗੱਡੀ ਵੀ ਖਰਾਬ ਹੋ ਗਈ ਹਾਂ ਉਹ ਸੱਚ ਮੈਂ ਇੱਕ ਗੱਲ ਹੋਰ ਇੱਕ ਅਸੀਂ 2 ਕਿਲੋਮੀਟਰ ਤੱਕ ਲਾ ਕੇ ਗਏ ਸਾਡੀ ਗੱਡੀ ਖਰਾਬ ਹੋ ਗਈ ਰਸਤੇ ਦੇ ਵਿੱਚ ਅਸੀਂ ਬਹੁਤ ਲੋਕਾਂ ਨੂੰ ਕਈਆਂ ਨੇ ਗੁਜ਼ਾਰਿਸ਼ ਕੀਤੀ ਕਿ ਭਾਈ ਸਾਹਿਬ ਹੱਥ ਕੀਤੇ ਵੀ ਰੋਕੋ ਯਾਰ ਰੋਕੋ ਬਸ ਹਨੇਰੇ ਦਾ ਟਾਈਮ ਸੀ ਕਿਸੇ ਨੇ ਡਰਦੇ ਨਹੀਂ ਰੋਕਿਆ ਕਿਉਂਕਿ ਅੱਜ ਕੱਲ੍ਹ ਕੋਈ ਪਤਾ ਨਹੀਂ ਕਿਤੇ ਕੀ ਨਿਕਲ ਜਾਣਿਆ ਪਰ ਫਿਰ ਵੀ ਸਾਨੂੰ ਕੁਛ ਜਿਵੇਂ ਕਹਿੰਦੇ ਰੱਬ ਦੇ ਭੇਜੇ ਹੋਏ ਬੰਦੇ ਮਿਲੇ ਉਹਨਾਂ ਨੇ ਸਾਡੀ ਹੈਲਪ ਕੀਤੀ ਅਸੀਂ ਗੱਡੀ ਆਪਣੀ ਜਿਹੜੀ ਉਹ ਠੀਕ ਕਰਵਾਈ ਅਤੇ ਫਿਰ ਉੱਥੋਂ ਆਪਾਂ ਪਹੁੰਚੇ ਹਾਂ ਹੁਣ ਫਾਈਨਲੀ ਆਪਾਂ ਪਹੁੰਚ ਗਏ ਹਾਂ ਜੀ ਸ਼ਹਿਰ ਲੁਧਿਆਣੇ ਦੇ ਵਿੱਚ ਕਿਉਂ ਭਾਅ ਜੀ ਹਾਂਜੀ ਭਾਅ ਜੀ ਲੁਧਿਆਣੇ 'ਚ ਆਪਾਂ ਇਸ ਤਰ੍ਹਾਂ ਬੈਠੇ ਹੋਏ ਹਾਂ ਜੀ ਗੋਪਾਲ ਜੀ ਸਵੀਟਸ ਦੇ ਵਿੱਚ ਅਤੇ ਗੋਪਾਲ ਜੀ ਫੂਡ ਦੇ ਵਿੱਚ ਹਾਂ ਇਹਨਾਂ ਦੇ ਆਪਾਂ ਵੀਰ ਜੀ ਹੁਣਾਂ ਕੋਲ ਬੈਠੇ ਹਾਂ ਇਹਨਾਂ ਦੀ ਸ਼ੋਪ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਆ ਬਾਤਾਂ ਬਹੁਤ ਚਪੇਰੇ ਮਠਿਆਈਆਂ ਬੰਦੇ ਨੂੰ ਸਮਝ ਨਹੀਂ ਆਉਂਦੀ ਖਾਵਾਂ ਕੀ ਕਿਉਂਕਿ ਵਰਾਇਟੀਜ਼ ਬਹੁਤ ਆ ਇਸ ਕਰਕੇ ਅਸੀਂ ਫਾਈਨਲੀ ਪਤਾ ਕੀ ਕੀਤਾ ਅਸੀਂ ਇੱਕ ਮਿਕਸਅਪ ਜਿਹਾ ਇੱਕ ਭੱਲਾ ਮੰਗਾ ਲਿਆ ਅਤੇ ਔਰ ਸਾਡੇ ਵੀਰ ਜੀ ਹੁਣ ਇਹ ਖਾ ਨਹੀਂ ਰਹੇ ਇਹ ਚਮਚਾਂ ਦੇ ਨਾਲ ਡਾਂਡੀਆਂ ਖੇਡਦੇ ਪਏ ਤਾਂ ਕਰਕੇ ਪਰ ਬਾਈ ਹੁਣੀ ਕਹਿੰਦੇ ਵੀ ਇਹਦੇ ਨਾਲ ਟੇਸਟੀ ਬਹੁਤ ਆ ਤਾਂ ਕਰਕੇ ਟਰਾਈ ਕਰਨਾ ਬਟ ਉਹਨਾਂ ਦੋ ਚਮਚੇ ਬਾਈ ਦੇਖੋ ਤੁਸੀਂ ਇੱਦਾਂ ਕਰੋ ਤੁਸੀਂ ਥੋੜ੍ਹਾ ਜਿਹਾ ਵੀਰੇ ਖਾ ਕੇ ਦੇਖੋ ਠੀਕ ਹੈ ਨਾ ਮੈਂ ਦੇਖੋ ਕਿੱਡਾ ਸਪੈਸ਼ਲੀ ਇਹਦੇ ਉੱਪਰ ਆ ਦੇਖੋ ਅੱਜ ਕੱਲ੍ਹ ਜਿਹੜੀ ਸਭ ਤੋਂ ਮਹਿੰਗਾ ਫਰੂਟਸ ਆ ਅਨਾਰ ਹੈ ਉਸ ਥੱਲੇ ਨਮਕੀਨ ਆ ਉਸ ਥੱਲੇ ਭੱਲਾ ਆ ਦਹੀਆਂ ਕਿੰਨੀਆਂ ਵਰਾਇਟੀਜ਼ ਆ ਕਿੰਨਾ ਹੁਣ ਆਪਾਂ ਟੇਸਟ ਕਰਕੇ ਦੇਖੋ ਫਿਰ ਆਪਾਂ ਕਰਦੇ ਹਾਂ ਕਰੋ ਤੁਸੀਂ ਪਹਿਲਾਂ ਟੇਸਟ ਕਰਕੇ ਮੈਂ ਬਾਬੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਆ ਕਿਆ ਬਾਤਾਂ ਭਾਅ ਜੀ ਜੇ ਚੰਮੇ ਜਿਹੜਾ ਖਾਧਾ ਨਾ ਤੁਸੀਂ ਕਹਿਣਾ ਤੂੰ ਬਹੁਤ ਖਾ ਲਿਆ ਤਾਂ ਮੈਨੂੰ ਖਾ ਦੇ ਅੱਛਾ ਹਾਂ ਟਰਾਈ ਕਰਾਂਗਾ ਹਾਂਜੀ ਹਾਂ ਕਿੱਦਾਂ ਲੱਗਿਆ ਮੈਂ ਤਾਂ ਸਾਰੀ ਉਮਰ ਡਰਦਾ ਰਿਹਾ ਵੀ ਯਾਰ ਭੱਲਾ ਵਧੀਆ ਨਹੀਂ ਹੁੰਦਾ ਭਾਜੀ ਭੱਲੇ 'ਚ ਪੰਪ ਨਹੀਂ ਹੁੰਦਾ ਤੁਸੀਂ ਡਰਦੇ ਨੇ ਬਾਈ ਮੈਂ ਸੱਚੀ ਡਰਦਾ ਰਿਹਾ ਅੱਛਾ ਲੱਗਿਆ ਯਾਰ ਹਾਂ ਵਧੀਆ ਲੱਗਾ ਔਰ ਬਾਕੀ ਮੈਂ ਜਿਹੜਾ ਮੈਨੂੰ ਲੱਗਿਆ ਔਰ ਇਹ ਭੱਲਾ ਖਾਣ ਦਾ ਜਿਹੜਾ ਮੇਨ ਰੀਜ਼ਨ ਸੀ ਜਿਹੜਾ ਭੱਲਾ ਜਿਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਖਾਇਆ ਉਹ ਇੱਧਰ ਬੈਠੇ ਸਾਡੇ ਸੀ ਮੇਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਿੰਮੀ ਅਰੋੜਾ ਲੁਧਿਆਣੇ ਤੋਂ ਅਤੇ ਅਸੀਂ ਬੈਠੇ ਹਾਂ ਗੋਪਾਲ ਜੀ ਫੂਡ 'ਤੇ ਔਰ ਇੱਥੇ ਦਾ ਜੋ ਅਸੀਂ ਟੇਸਟ ਕਰ ਰਹੇ ਹਾਂ ਭੱਲਾ ਚਾਟ ਇਹ ਬਹੁਤ ਹੀ ਟੇਸਟੀ ਆ ਔਰ ਬਹੁਤ ਡਿਲੀਸ਼ੀਅਸ ਹੈ ਜਿਸ ਨਾਲ ਕਿ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਵਰਾਇਟੀ ਉੱਪਰ ਇਹਨਾਂ ਨੇ ਸਪੈਰ ਕੀਤੀ ਹੋਈ ਆ ਬਹੁਤ ਟੇਸਟੀ ਇੱਕ ਚੀਜ਼ ਹੋਰ ਵੀ ਹੈ ਨਾ ਵੀ ਗੋਪਾਲ ਜੀ ਫੂਡ 'ਤੇ ਆ ਕੇ ਨਾ ਇੱਕੋ ਚੀਜ਼ ਟਰਾਈ ਨਹੀਂ ਕਰਨੀ ਇੱਥੇ ਸਾਰਾ ਕੁਛ ਬਹੁਤ ਵਧੀਆ ਆ ਅੱਛੇ ਤਰੀਕੇ ਨਾਲ ਉਹਨੂੰ ਬਣਾਇਆ ਹੁੰਦਾ ਔਰ ਡਿਫਰੈਂਟ ਹੁੰਦਾ ਹੁਣ ਇੱਦਾਂ ਐਕਸਪਲੇਨ ਕਰਾਂਗੇ ਸਾਨੂੰ ਵੀ ਅਸੀਂ ਦੱਸ ਨਹੀਂ ਸਕਦੇ ਤੁਸੀਂ ਖੁਦ ਆ ਕੇ ਦੇਖੋਗੇ ਟੇਸਟ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਔਰ ਫਾਈਨਲੀ ਹਾਂਜੀ ਇਹ ਹੈਗਾ ਜੀ ਆਪਣਾ ਲੁਧਿਆਣੇ ਸਮਰਾਲਾ ਚੌਂਕ ਤੋਂ ਆਪਾਂ ਸ਼ਿੰਗਾਰ ਸਿਨਮੇ ਵਾਲੀ ਰੋਡ 'ਤੇ ਜਦੋਂ ਆਪਾਂ ਆਉਣੇ ਹਾਂ ਅਤੇ ਬਿਲਕੁਲ ਲੈਫਟ ਸਾਈਡ 'ਤੇ ਤੁਸੀਂ ਥੋੜ੍ਹਾ ਜਿਹਾ ਅੱਗੇ ਆਓਗੇ ਅਤੇ ਤੁਹਾਨੂੰ ਗੋਪਾਲ ਜੀ ਫੂਡਸ ਦੀ ਇੱਕ ਬੜੀ ਅੱਛੀ ਦੁਕਾਨ ਮਿਲੇਗੀ ਜਿੱਥੇ ਆਓ ਔਰ ਅਲੱਗ ਅਲੱਗ ਵਰਾਇਟੀਜ਼ ਦਾ ਤੁਹਾਨੂੰ ਸਭ ਮਿਲਣਗੀਆਂ ਔਰ ਫਾਈਨਲੀ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ ਔਰ ਮੈਂ ਇਜਾਜ਼ਤ ਲੈਣੀ ਵੀ ਚਾਹੂੰਗਾ ਕਿਉਂਕਿ ਮੈਨੂੰ ਪਤਾ ਹੈ ਬਾਈ ਜੀ ਹੁਣੇ ਅੱਗੇ ਭੱਲਾ ਖਾ ਨਹੀਂ ਰਿਹਾ ਸੀ ਔਰ ਜੇ ਮੈਂ ਇਜਾਜ਼ਤ ਨਾ ਲਈ ਇਹ ਨਾ ਸਾਰਾ ਭੱਲਾ ਖਾ ਜਾਣਾ ਆ ਪਰ ਤੁਸੀਂ ਸਾਰਿਆਂ ਨੇ ਵੇਖਦੇ ਰਹਿਣਾ ਸ਼ਨਕਾਟਾ ਟੀਵੀ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਨਵੇਂ ਕਿਸੇ ਸ਼ਹਿਰ ਜਾਵਾਂਗੇ ਔਰ ਹਾਂਜੀ ਨਵੇਂ ਨਵੇਂ ਫੂਡ ਦਿਖਾਵਾਂਗੇ ਔਰ ਆਪਣੇ ਪੰਜਾਬੀ ਸੱਭਿਆਚਾਰ ਕਲਚਰ ਦੀਆਂ ਕੁਝ ਤੁਹਾਨੂੰ ਝਲਕੀਆਂ ਬਣਗੀਆਂ ਉਹ ਵੀ ਦਿਖਾਵਾਂਗੇ ਤਦ ਤੱਕ ਦੇਖਦੇ ਰਹੋ ਸ਼ਨਕਾਟਾ ਟੀਵੀ 'ਤੇ ਦਿਓ ਆ ਗਿਆ ਜਸਿੰਦਰ ਸਿੰਘ ਖੱਟੇ ਨੂੰ ਸਤਿ ਸ਼੍ਰੀ ਅਕਾਲ